जीवन
نانك يها مرتبا تسنو دي نانك يها مرتبا تسنو دي نانك يها مرتبا
Thank you.
Thank you.
Thank you.
निर्मल माता दे तारने बन जाइए अरदास कर रहे कर पास करके पास करके मेरी ते माता थोड़ी है तू सम्राट बड़ा मेरी माता थोड़ी लाओ میری ماما دادا تو یہ کہہ کے دستے ہیں بادشاہ بانو نے تسی بڑے سے مراد ہو میری ماما چھوٹی ہے پاپا ملین ہے ایسی کرپا کر رہے ہو آپ جی اپنی ماما بخش دے ہو گر کی ماما تو میرے ہیں یعنی پر بھٹوے نہ بھو گوپے سے آنے ہیں تو گروہ دی مت لے آنکھ تینوں سمت آئے من مایا میں اٹھ رہے ہو ہے بار بار رو آپ کی ایک اکھر مسرور کرتے ہوئے مایا یہ پیسے نہیں کہنے سسرور مایا اے مایا جتا ہر ویسر مو اپجے پاہو زندر لائے مایا دیگر کھرکیں کی بات سے ہے کوئی بھی چیز جیدی تینوں اس صدر دی یا آتوں پرے کر دی ہے اس رنگ مایا ہے جو دستا اور مایا ہے جو درشت مان ہے اس سن مایا اس نے سفر کہنے دے کیونکہ جیڑا درش ہے وہ مان مونا پیدا ہے کہ مانا سوا ہے روح کی قید میں چلنا ہے کہ پوری قید ہے اس سن مانا روح کی قید میں چلنا ہے وہی مکان ہوگی وہ بھی تو سرکاری ہے وہ بھی روپ ہے سونی کاری مل جائے پاو کی کہنا کہ مانتا سبا ہے یہ روپ کی قید وچ رہندا اتھے کھڑے ہویا مالک نراکار ہے تنگو پنچم پادشاہ کہتے پاگش دے ہر سنت تمہارے دادا تیرے پیارے پاکاں والے نے گرمت پاکاں والے نے تو سانت کہہ لے گرمت کہہ لے بھائی صاحب کہہ لے کچھ کہہ لے این کھانا کر اکھتے این کھانا کر سانت سے سوچی لے تو بھائی صاحب کہہ لے بہت یہ پیائی ہندی ہے سانت کہنے سانت کہنے تو بھائی صاحب کہہ لے جو میرے ہر نیتم کی بات سناوے سو پائی سو میرا نیر ایک رشتہ بنا لو دینا کچھ تے رشتہ بنا جس طرح کوئی رشتہ نہ ہوئے اس طرح سنبند نہیں بن لے گا وہ کو پھر سنبند جس نال سنبند نہ بنے وہ دے نال رشتے ٹوٹ جاندے نے گرو نال سمبندھ بنانا سی سار سنگت نال سمبندھ بنانا سی گرمکھا نال سمبندھ بنانا سی پر بنا نہ سکیا من مایا میں اڑ رہے ہوئے بوجھے نہ کہ چھکے نہ پھسیا گیا گیان جاننا نہیں چاہتا سچ جاننا نہیں چاہتا اس مایا نے بادشاہ کیوں گھڑ گئے دے دے اے مایا موڑی سوڑی میں I am more.
ਆਉਂ ਜਰਾ ਜਿਹਨੂੰ ਮੈਂ ਅੰਮ੍ਰਿਤਸਰ ਸਾਹਿਬ ਲੈ ਚੱਲਾਂ ਜਿੱਥੇ ਤੰਦਰੂ ਪੰਚਮ ਪਾਤਸ਼ਾਹ ਜੀ ਵਿਰਾਜਦੇ ਨੇ ਤੰਦਰੂ ਅਰਜਨ ਦੇਵ ਜੀ ਮਹਾਰਾਜ ਹਜ਼ਾਰਾਂ ਸੰਗਤਾਂ ਦਰਸ਼ਨ ਕਰਦੀਆਂ ਨੇ ਔਰ ਗੁਰੂ ਘਰ ਦੇ ਕੀਰਤਨੀਏ ਭਾਈ ਸੱਤਾ ਤੇ ਬਲਵਾਨ ਰੋਜ਼ ਕੀਰਤਨ ਕਰਦੇ ਨੇ ਮੈਂ ਬੇਨਤੀ ਕਰ ਰਿਹਾ ਤੇਰਾ ਬਚ ਕੇ ਰਹਿਣਾ ਅੱਜ ਇੱਥੇ ਤੁਸੀਂ ਬੈਠੇ ਹੋ ਬਹੁਤ ਪ੍ਰਸੰਨ ਹੈ ਜਿਉਂਦੇ ਮਰਨਾ ਬਹੁਤ ਪ੍ਰਸੰਨ ਹੈ ਇੱਕ ਹੰਕਾਰ ਦੀ ਪਾਠਣੀ ਇੱਥੋਂ ਬੈਠੇ ਕਰਨਾ ਚਾਹੀਦਾ ਜਿਉਂਦੇ ਮਰਨ ਨੂੰ ਪਾਤਸ਼ਾਹ ਕਹਿੰਦੇ ਬਾਕੀ ਤਾਂ ਸਭ ਨਹੀਂ ਮਰ ਜਾਂਦਾ ਜਿਉਂਦੇ ਕਹਿੰਦੇ ਮਰਨਾ ਨਾਨਕ ਜੀਵਦਿਆਂ ਮਰ ਰਹੀ ਹੈ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਜੀਂਦੇ ਕਿੱਦਾਂ ਮਰਨਾ ਸੱਜਣ ਸੰਸਥਾ ਤੋਂ ਘਿਰ ਗਿਆ ਸਤਸੰਗ ਤੇ ਸੁਣ ਕੇ ਆਇਆ ਸੀ ਜਿਉਂਦੇ ਮਰਨਾ ਉਹ ਸੰਸਥਾ ਨੂੰ ਜਾ ਕੇ ਪੁੱਛਣ ਲੱਗਾ ਬਾਬਾ ਜੀ ਇਹ ਜਿਉਂਦੇ ਕਿੱਦਾਂ ਮਰੀਦਾ ਕਹਿੰਦੇ ਇਸ ਤਰ੍ਹਾਂ ਕਰਿਓ ਸ਼ਮਸ਼ਾਨ ਘਰ ਵਿੱਚ ਚਲ ਜਾਇਓ ਟੋਆ ਪੱਟ ਕੇ ਵਿੱਚ ਲੇਟ ਜਾਇਓ ਸ਼ਮਸ਼ਾਨ ਘਾਟ ਵਿੱਚ ਚਲ ਗਿਆ ਟੋਆ ਪੱਟ ਪਿਆ ਤੇ ਵਿੱਚ ਲੇਟ ਗਿਆ ਹੁਣ ਕੁਦਰਤੀ ਇਹ ਬੰਦਾ ਚੁੱਪ ਨਹੀਂ ਰਹਿੰਦਾ ਇਹ ਕੁਝ ਗੁਣਗੁਣਾਉਣ ਲੱਗ ਪਿਆ ਗੁਣਗੁਣਾਉਣ ਲੱਗ ਪਿਆ ਤੇ ਨੇੜੇ ਦੀ ਰਸਤਾ ਜਾਂਦਾ ਸੀ ਕਿਸੇ ਸੱਜਣ ਨੇ ਦੇਖਿਆ ਕਿ ਕੋਈ ਬੰਦਾ ਤਾਂ ਨਜ਼ਰ ਨਹੀਂ ਆਉਂਦਾ ਇਹ ਬਾਤ ਕਿੱਥੋਂ ਆ ਗਈ ਇਹ ਜਾ ਕੇ ਉੱਥੇ ਦੇਖਣ ਲੱਗਾ ਦੇਖਿਆ ਤੇ ਇੱਕ ਬੰਦਾ ਲੇਟਿਆ ਹੋਇਆ ਉਸਨੂੰ ਪੁੱਛਣ ਲੱਗਾ ਕਿ ਤੂੰ ਕੌਣ ਆ ਕਹਿੰਦਾ ਮੈਂ ਮਰਿਆ ਹੋਇਆ ਕਹਿੰਦੇ ਕਮਾਲ ਦੀ ਗੱਲ ਮਰੇ ਹੋਏ ਤਾਂ ਬੋਲਦੇ ਨੀ ਕਹਿੰਦੇ ਮੈਂ ਤਾਜ਼ਾ ਮਰਿਆ ਆਖੋ ਸਸਲਾ ਵਾਹਿਗੁਰੂ ਅਸੀਂ ਬਹੁਤੇ ਤਾਂ ਤਾਜ਼ੇ ਮਰੇ ਹਾਂ ਸ਼ਬਦ ਮਰੇ ਫਿਰ ਜੀਵੋ ਸਦਾ ਕੀ ਕਹਿੰਦੇ ਬਾਬਾ ਸ਼ਬਦ ਵਿੱਚ ਸੰਤ ਨੂੰ ਲੈ ਜਾਂਦਾ ਜੇ ਮਰਨਾ ਕਰਨਾ ਪੜਨਾ ਕਰਮ ਤੋਂ ਬਗੈਰ ਹੋਣਾ ਨਹੀਂ ਜੇ ਹੋ ਜਾਂਦਾ ਤੇ ਪਾਤਸ਼ਾਹ ਜੀ ਨੇ ਕਹਿੰਦੇ ਨਹੀਂ ਕਹਿਣਾ ਸੀ ਇਹ ਕਰਨਾ ਹੋ ਤੋ ਸੋ ਨਾ ਕੀਓ ਪਰ ਇਹ ਲੋਕ ਕਹਿ ਅੰਗ ਨਾਨਕ ਸਮੇਂ ਰਾਮ ਕਹਿ ਅਬ ਕਿਉਂ ਰੋਗ ਤੇ ਅੰਗ ਭਾਈ ਸੱਤਾ ਤੇ ਬਲਵੰਡ ਦੋਨੋਂ ਕੀਰਤਨ ਕਰਦੇ ਨੇ ਗੁਰੂ ਘਰ ਦੇ ਕੀਰਤਨੀਏ ਨੇ ਬੜਾ ਇਹਨਾਂ ਦੇ ਗਲੇ 'ਚ ਰਸ ਹੈ ਬੜਾ ਆਨੰਦ ਹੈ ਗੁਰੂ ਦੇ ਪਿਆਰੇ ਨੇ ਇਹਨਾਂ ਦੇ ਪਰਿਵਾਰ 'ਚ ਲੜਕੀ ਦੀ ਸ਼ਾਦੀ ਆ ਗਈ ਮਨ ਵਿੱਚ ਆਇਆ ਇੱਕ ਦਿਨ ਦਾ ਚੜਾਵਾ ਗੁਰੂ ਸਾਹਿਬ ਨੂੰ ਕਹੀਏ ਵੀ ਸਾਨੂੰ ਦੇ ਦਿਓ ਤਾਂ ਕਿ ਸਾਡੀ ਬੱਚੀ ਦਾ ਵਿਆਹ ਹੋ ਜਾਵੇ ਸ਼ਾਦੀ ਹੋ ਜਾਵੇ ਮੈਂ ਮਨ ਦੀ ਅਵਸਥਾ ਗੱਲ ਸਾਂਝੀ ਕਰਦਾ ਰੋਜ਼ ਰੋਜ਼ ਕੋਲ ਹੀ ਰਹਿੰਦੇ ਨੇ ਗੁਰੂ ਦੇ ਦਰਸ਼ਨ ਵੀ ਕਰਦੇ ਨੇ ਗੁਰੂ ਦੀ ਬਾਣੀ ਵੀ ਪੜ੍ਹਦੇ ਨੇ ਕਰਮ ਵਿੱਚ ਤਾਂ ਕੋਈ ਫਰਕ ਨਹੀਂ ਕਰਮ ਵਿੱਚ ਕੋਈ ਫਰਕ ਉਹ ਜਿਹੜਾ ਕਰਮ ਜਿਹੜਾ ਇੱਕ ਗੁਰਮੁਖ ਕਰਦਾ ਉਹ ਰੋਜ਼ ਦਾ ਕਰਮ ਕਰਦੇ ਨੇ ਔਰ ਹਜ਼ਾਰਾਂ ਸੰਗਤਾਂ ਰਸ ਲੈਂਦੀਆਂ ਸੰਗਤ ਆਈ ਸੀ ਸੰਗਰਾਂਦ ਦਾ ਦਿਨ ਕਹਿ ਲਓ ਸਪੈਸ਼ਲ ਕੋਈ ਦਿਨ ਸੀ ਸਤਿਗੁਰਾਂ ਨੂੰ ਜਾ ਕੇ ਕਹਿਣ ਲੱਗੇ ਵੀ ਮਾਇਆ ਚਾਹੀਦੀ ਹੈ ਪਾਤਸ਼ਾਹ ਕਹਿਣ ਲੱਗੇ ਗੁਰੂ ਤੋਂ ਕਿਰਪਾ ਮੰਗੀ ਦੀ ਹੈ ਮਾਇਆ ਨਹੀਂ ਮੰਗੀ ਦੀ ਆਖੋ ਸਤਨਾਮ ਵਾਹਿਗੁਰੂ ਗੁਰੂ ਤੋਂ ਤੇ ਕਿਰਪਾ ਮੰਗੀ ਦੀ ਹੈ ਤੇ ਗੁਰੂ ਦੀ ਕਿਰਪਾ ਦਾ ਪਾਤਰ
ਮਨ ਵਿੱਚ ਆ ਗਿਆ ਕਿ ਗੁਰੂ ਤਾਂ ਸਾਡਾ ਬਣਾਇਆ ਹੋਇਆ ਆਖੋ ਸਤਨਾਮ ਵਾਹਿਗੁਰੂ ਅਸੀਂ ਕੀਰਤਨ ਨਹੀਂ ਕਰਾਂਗੇ ਤੇ ਕਿਸੇ ਤੇ ਨਹੀਂ ਆਉਣਾ ਆਖੋ ਸਤਨਾਮ ਵਾਹਿਗੁਰੂ ਕਿਸੇ ਤੇ ਨਹੀਂ ਆਉਣਾ ਇਹ ਨਾਰਾਜ਼ ਹੋ ਕੇ ਗੁਰੂ ਦਰਬਾਰ ਵਿੱਚੋਂ ਚਲੇ ਗਏ ਇਹ ਨਹੀਂ ਸਮਝ ਆਉਂਦੀ ਇਹਨੂੰ ਵੀ ਨਹੀਂ ਸਮਝ ਆਉਂਦੀ ਇਹ ਵੀ ਮਾਇਆ ਹੀ ਮੰਗਦਾ ਵੀ ਖੁੱਲੇ ਗੱਫੇ ਦੇ ਦਿਓ ਆਖੋ ਸਤਨਾਮ ਵਾਹਿਗੁਰੂ ਗੱਲ ਸੱਤੇ ਬਲਵੰਡੇ ਦੀ ਨਹੀਂ ਸਾਡੇ ਅੰਦਰ ਵੀ ਉਹੀ ਸੱਤਾ ਬਲਵੰਡਾ ਹੀ ਬੋਲਦਾ ਸਾਡੀ ਵੀ ਤਾਂ ਮੰਗ ਇਹੀ ਗਈ ਸਤਿਗੁਰ ਕਹਿੰਦੇ ਨੇ ਦਰਸ਼ਨ ਦੇ ਜੀਵਾਂ ਗੁਰ ਤੇਰਾ ਪੂਰਨ ਕਰੋ ਇਹ ਨਹੀਂ ਕਹਿੰਦਾ ਵੀ ਤੁਸੀਂ ਸਾਨੂੰ ਮੰਗਣੇ ਨਹੀਂ ਚਾਹੀਦੇ ਮਾਇਆ ਮੰਗ ਸਕਦਾ ਸਿੱਖ ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁਤ ਤੇ ਮੰਗਿਆ ਜਾ ਸਕਦਾ ਪਰ ਤੇਰਾ ਤਾਂ ਸੁਭਾਅ ਹੀ ਸਵੇਰੇ ਸ਼ਾਮ ਦਾ ਪੈ ਗਿਆ ਤੂੰ ਤਾਂ ਹੱਟਦਾ ਹੀ ਨਹੀਂ ਤੇਰੀ ਮੰਗ ਹੀ ਗੁਰੂ ਦੀ ਹੈ ਇਹ ਨਾਰਾਜ਼ ਹੋ ਕੇ ਚਲੇ ਗਏ ਉਸਦੀ ਗੱਲ ਸੀ ਬੇਸਵਾਦੀ ਹੋ ਗਈ ਪਾਤਸ਼ਾਹ ਜੀ ਘਰ ਮਨਾਉਣ ਚਲੇ ਗਏ ਨਿਮਰਤਾ ਦੇਖੋ ਸਤਿਗੁਰ ਗੁਰਮੁਖੋ ਤੁਹਾਨੂੰ ਗੁਰੂ ਘਰ ਨੇ ਬਖਸ਼ਿਸ਼ ਦਿੱਤੀ ਹੈ ਆਓ ਤੁਸੀਂ ਗੁਰੂ ਘਰ ਦੇ ਕੀਰਤਨੀ ਹੋ ਹਰੀ ਜਸ ਕਰਦੇ ਹੋ ਸੰਗਤ ਤੁਹਾਨੂੰ ਉਡੀਕਦੀ ਹੈ ਇਹ ਗੱਲ ਕਹੀ ਅਸੀਂ ਦੂਸਰੇ ਨੂੰ ਗੁਰੂ ਬਣਾ ਕੇ ਥਾਪ ਦੇਣਾ ਤੁਹਾਡੀ ਗੁਰਗੱਦੀ ਮੁਕਾ ਦੇਣਗੇ ਆਪਣਾ ਸਤਨਾਮ ਵਾਹਿਗੁਰੂ ਬਾਬਾ ਪ੍ਰਿਥੀ ਚੰਦ ਨੂੰ ਗੁਰੂ ਧਾਰਨ ਕਰਵਾ ਦੇਣਾ ਲੋਕਾਂ ਨੂੰ ਗੱਲ ਤਾਂ ਸਾਡੇ ਤੇ ਆ ਕੀਰਤਨ ਤੇ ਆ ਜਿੱਥੇ ਕੀਰਤਨ ਕਰਾਂਗੇ ਜਿਹਨੂੰ ਥਾਪ ਦਾਂਗੇ ਉਹਨੇ ਗੁਰੂ ਬਣ ਜਾਣਾ ਇਹਦੇ ਕਰਦੇ ਨੇ ਸਿੰਘ ਜੀ ਜੇ ਕੋਈ ਇੱਕ ਬਚਨ ਗੁਰਦੁਆਰਾ ਸਾਹਿਬ 'ਚ ਬੋਲ ਦਿੰਦਾ ਤਾਂ ਸੁਣ ਲੈਣਾ ਮਨ ਦੀ ਗੱਲ ਕਰ ਰਿਹਾ ਇੱਕ ਬਚਨ ਵੀ ਬੋਲਦੇ ਕਹਿੰਦਾ ਅਸੀਂ ਗੁਰਦੁਆਰਾ ਵਰਖਰਾ ਬਣਾ ਲੈਣਾ ਤੈਨੂੰ ਪੁੱਛੋ ਤੇ ਤੇਰਾ ਪਿਓ ਬੈਠਾ ਉੱਥੇ ਵੀ ਤਾਂ ਉਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਉੱਥੇ ਮੱਥਾ ਟੇਕਣਾ ਪਏਗਾ ਬਚਨ ਉਹਨਾਂ ਦਾ ਹੀ ਮੰਨਣਾ ਪਏਗਾ ਹੰਕਾਰ ਨਹੀਂ ਛੱਡਦਾ ਹੰਕਾਰ ਗੁਰੂਆਂ ਨੂੰ ਪਾਉਂਦਾ ਨਹੀਂ ਸੰਗਤ ਵਿੱਚ ਹੱਥ ਪਾਲ ਸਤਿਗੁਰ ਪ੍ਰੇਰਨਾ ਕਰਦੇ ਰਹਿੰਦੇ ਨੇ ਸਿੱਖ ਨੂੰ
ਉੱਪਰ ਕੁਲੀਨ ਜਤਨ ਮਨੁੱਖ ਸੋਹਣਾ ਹੋਵੇ, ਉੱਚੀ ਕੁਲਤਾ ਹੋਵੇ, ਕੁਲੀਨ ਚਤਨ ਹੋਵੇ, ਪ੍ਰਭਾਵਿਤ ਕਰੇ ਅੱਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧੰਨਵਾਦ ਉਹਨਾਂ ਦੱਸੇ ਪੁਰਖ ਦੇ ਪੂਰੇ ਦੇ ਅੱਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧੰਨਵਾਦ ਪੰਜੇ ਗੁਣ ਰਾਵਣ ਵਿੱਚ ਸੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ ਸੋਹਣਾ ਬਹੁਤ ਸੀ, ਜਿਹੜਾ ਤੁਸੀਂ ਫੂਕਦੇ ਹੋ ਨਾ ਉਹ ਨਹੀਂ ਸੀ। ਸ਼ਸਤਰਾਂ ਨੂੰ ਪੜ੍ਹ ਕੇ ਦੇਖੇ ਸੋਹਣਾ ਬਹੁਤ ਸੀ, ਉੱਚੀ ਕੁਲ ਸੀ, ਬ੍ਰਾਹਮਣ ਸੀ। ਤਦੇ ਉਹਨੂੰ ਦਹਿਸ਼ਰਾ ਕਹਿੰਦੇ ਸੀ, ਦਸ ਬੰਦੇ ਇੱਕ ਸਮੇਂ ਸਵਾਲ ਕਰਨ, ਦਸਾਂ ਦਾ ਇੱਕ ਵੇਲੇ ਜਵਾਬ ਦੇ ਦਿੰਦਾ ਸੀ, ਇਸ ਕਰਕੇ ਉਹਨੂੰ ਦਹਿਸ਼ਰਾ ਕਹਿੰਦੇ ਸੀ। ਲੋਕਾਂ ਨੇ ਉਹਦੇ ਦਸ ਸਿਰੀ ਲਾ ਦਿੱਤੇ, ਆਖੋ ਸਤਨਾਮ ਵਾਹਿਗੁਰੂ। ਇਹਨੂੰ ਪੁੱਛਿਆ ਵੀ ਪੰਜ ਸਿਰ ਇੱਧਰ ਪਾਸੇ ਹੋਣ, ਪੰਜ ਚਾਰ ਇੱਧਰ ਹੋਣ, ਉਹਨੂੰ ਗਲੀ ਵਿੱਚ ਫਸ ਜਾਂਦਾ, ਆਖੋ ਸਤਨਾਮ ਵਾਹਿਗੁਰੂ। ਪੁੱਠਾ ਕੰਮ ਕਰਦੇ ਹਾਂ ਅਸੀਂ, ਜੋ ਸੱਚ ਨਹੀਂ ਜਾਣਦੇ ਕੋ ਹੈ ਕੀ। ਇੰਨਾ ਸਿਆਣਾ ਸੀ ਪਾਤਸ਼ਾਹ ਜੀ ਲਿਖਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਸੁਣਾ ਰਿਹਾ, ਮੁੱਖ ਗਿਆਨੀ ਚਾਰ ਵੇਦ ਦਾ ਗਿਆਨੀ ਹੈ, ਮੂੰਹ ਜਵਾਨੀ ਸ਼ਲੋਕ ਬੋਲ ਕੇ ਕਥਾ ਕਰਦਾ। ਧੰਨਵਾਦ ਤੁਹਾਡੇ ਸ਼ਰਾਂਕ ਸੋਹਣਾ ਹੋਵੇ ਨਾ, ਪੈਰ ਵੀ ਤੁਹਾਡੇ ਥੱਲੇ ਲੱਗਦੇ ਸਾਡੇ, ਪਰ ਉੱਥੇ ਤਾਂ ਸਤਿਗੁਰ ਕਹਿੰਦੇ ਨੇ ਲੰਘਾ ਗੜ ਸੋਹਣੇ ਦਾ ਪੈ ਹੱਥ ਹੋਵੇ, ਐਡਾ ਵੀਰ ਬੰਦਾ ਲੰਘਾ ਗੜ ਸੋਨੇ ਕਾ ਪਿਆ। ਮੂਰਖ ਰਾਵਣ ਕਿਆ ਲੈ ਗਿਆ, ਰਾਵਣ ਨੂੰ ਮੂਰਖ ਨਹੀਂ ਕਿਆ ਪਾ ਗਿਆ, ਇਹ ਮੂਰਖ ਰਾਵਣ ਕਿਆ ਲੈ ਗਿਆ। ਲੋਕਾਂ ਨੂੰ ਭਾਈ ਕਹਿੰਦਾ ਆਖੋ ਸਤਨਾਮ ਵਾਹਿਗੁਰੂ। ਇਹਨੂੰ ਸੁਣਾਉਂਦੇ ਨੇ ਬਾਦਸ਼ਾਹ, ਮੂਰਖ ਰਾਵਣ ਕਿਆ ਲੈ ਗਿਆ, ਬਸ ਕੀ ਲੈ ਕੇ ਗਿਆ। ਇੰਨਾ ਕੁਝ ਹੁੰਦੇ ਹੋਏ, ਇੰਨਾ ਸਿਆਣਾ ਹੁੰਦਾ ਹੋਇਆ ਵੀ ਫਿਰ ਵੀ ਖਾਲੀ ਚਲਾ ਗਿਆ। ਦੂਸਰੇ ਪਾਸੇ ਪਾਤਸ਼ਾਹ ਕਹਿੰਦੇ ਮੁੱਖ ਗਿਆਨੀ ਧੰਨਵੰਤ, ਮ੍ਰਿਤਕ ਕਹੀਏ ਨਾਮ ਕਾ। ਅਸਾਂ ਨੇ ਜੀ ਪੰਕਤੀ, ਸਤਿਗੁਰ ਕਹਿੰਦੇ ਜੀਂਦੇ ਨਹੀਂ, ਇਹ ਜਿੰਦੇ ਨਹੀਂ ਬੜੇ ਹੋਏ। ਮ੍ਰਿਤਕ ਕਹੀਏ ਨਾਮ ਕਾ, ਜੇ ਪ੍ਰੀਤ ਭਗਵੰਤ, ਜੇ ਪਰਮੇਸ਼ਰ ਨਾਲ ਪ੍ਰੀਤ ਨਹੀਂ ਤੇ ਇਹ ਤਾਂ ਮਰੇ ਹੋਏ ਨੇ। ਸਾਡੇ ਕੋਈ ਜੀਂਦਾ ਨਿਕਲਣਾ, ਆਖੋ ਸਤਨਾਮ ਵਾਹਿਗੁਰੂ। ਇਹ ਮਰੇ ਹੋਏ ਨੇ। ਪਾਤਸ਼ਾਹ ਜੀ ਨੇ ਫਿਰ ਬੇਨਤੀ ਕੀਤੀ, ਸਤਾ ਜੀ ਬਲਵੰਡ ਜੀ ਇਸ ਤਰ੍ਹਾਂ ਕਰੋ,
دن نیت کر لگتا اس دن آ جاؤ جتنی بچ جنہ کبھی چڑھاوا ہوئے گا وہ تسی سارا لے جانا میں من من دی پھر آپ کی گل کرتا من من جو تو اپنی آئی تے آ جاتا پھر ایک گرو نو بھی گرو بھی سمجھتا رکھو سب واحگرو جہاں دن مٹھیا ہویا سی اس دن سنگتی نہیں آئی آخو سسنا واحگرو ادم مت پرابانتر جامی جیوں پری رہتے ہیں کرنا وہ تو بدھیاں کا ساکشی آیا یہ بدھ نو کی کر دیا یہاں ہور گسا آ گیا بے اے تا گرو مہاراج نے سکھا دتا انہوں اس کر کے سنگت نہیں آئی تو چڑھاوا نہیں چلیا کر چلے گئے پھر دوبارہ پاس آ گئے گرو کو تھوڑے پاگا کا جو سی وہ تو آ گیا وہ تو اچھی کیا تھی لے جاؤ کہ تھی تو ساڈے بنائے ہوئے گرو ہو جہاں تھوڑا بڑا گرو سی انہوں بھی اسی بنایا آخو ستنام واحگرو بھاو کی جی اسی نہ ہوں مراسی نہ ہوں تھی گدی نہیں سی چلنی گرو نانک نو بھی گرو اسی بنایا کیونکہ مردانہ اتنے کیرتن کرتا سی آخو ستنام واحگرو جد تک گرو ارجن دیو جی نو کہندے رہے وہ کچھ نہیں بولے سنگت نو کہندے رہے کچھ نہیں بولے جدو گرو نانک صاحب کی نندیا کی پھر پاتشاہ رہ نہیں سکے کہ یہ جڑے فکے بول بولتا بولتے ہیں یہ کیڑے پہ جائیں گے گرو نانک کی نندیا کی کیا رکھنا بہت خطرناک ہے جیسے اسی بیٹھے اتنے ہنکار آ جانا سہ سوائی کو سجن سی ان کو پوچھنے لگا کی کر رہے ہیں کہنے پرکار کا کام کری رہا کی کہنا جی ایک ہسپتال بنایا ایک سلام بنائی ایک اسکول بنایا وہ سجن کہنے لگے گرمک سی کہنے فیتر تو پکا ہی نگا ہوں چل جانا آخ سوچنا واحگرو ہاتھ ہو گئی ایڈا پروپکار کا کام تھی کہ نرکا چل جانا کہتے ہاں کہتے رب نے اتنا کچھ بنایا انہوں نے تو کدی کیا نہیں تم ایک اسکول بنا تھا ضرورت ہوتا پھرتا آخو سسنا واحگرو تو کیتا کچھ نہیں تو رولا پاتا پھرتا سنسار میں وہ دستہ چاہنا کہ یہ ورگا کوئی پروپکار ہی نہیں تری تو کبیر صاحب کہتے نہ ہم کیا نہ کریں گے کیا جانو کیا خطی پیو کبیر تو اس نے کیتا جو کچھ ہے سو تیرا پادشاہ واپس آ گئے کہتے اج تو بعد سنگت کیرتن کریا کرے گی آخو سنہا بس سرندے چکرے گل تو پریر پریر نہیں کروا سکتا تینوں ہی ایک لکھا نا میرا کچھ نہیں سوار پا گرو دربار شکتا سنگت نے منہ رو ہٹ گئے ہوں روٹی کی محتاج ہو گئے جتھے کوئی جانے نہیں کہ گرو تو ٹکے ہوئے دن واحگرو کہتے نے سن گرو صاحب کو لے چلو کہ تھی بہت بڑا پاپ کیا گرو صاحب نے ندیا کی کسی نے بخشا دینا ہے بہت بڑی ایک دین ہے گرو کی یہ جا من ہے نا گرو کو سارا جگ جگ جگ
مورخ کاہے ولائیے پاس چیکدا کیوں من مورخ کاہے ولائیے اورو لکھے گا لکھیا پائی ہے وا دیکھ تو بیجیا ایک چیز دا نے بیجتا ہے اسیں جو بیجتے ہیں نا سنسار وچ او صرف ہتھاں نال ہی نہیں بیجتے اکھاں نال بھی بیجتے ہیں اکھو سوتاں واہگرو اکھاں نال بھی بیجتا زبان نال بھی بیجتا تو آپ یوگ روپ سے دیکھیے تو دروپدی نے اینی گل کہی سی پہ انے دے انے رہے وہ کہتے تھے تم دسن کے بھی انے کے ہو جائے ہو جائے آخو سوتنا واہگرو دیکھنا کہتے ایسا نہ بیج بیٹھنا ان پڑھایا کر من فکا بولنا جوان بچوں بولیے تن من فکا ہو جائے گا بولنا جوان بچوں بولیے تن من فکا ہو جائے گا فکا رامداس جی مہاراج نے بابا پرتھی چند بہت گوڑا بول جاتے سکتے آخو ستنا واہگرو گرو نانک دے پتر بابا سری چند جی مہاراج گرو رامداس جی مہاراج نے کہنے لگے داڑا بہت لمبا سی گرو صاحب کا کہتے داڑا کہاں نہیں بتایا سفر کہنے لگے آپ جی ورگے مہاپرشاں دے جوڑے چاہتے ہیں آنکھوں ستنا واہگرو آپ جی ورگے مہاپرشاں دے جوڑے چاہتے لیے مہاپرش رکھا ہوا ڈاڑا کہتے ہے اس نعمت تا نے تا اسی لٹے آنکھوں ستنا واہگرو ہے اس نعمت تا نے تا اسی لٹ لے گرو گدی نہیں تا سانوں نہ مل جاندی آنکھوں ستنا واہگرو اے رس کے چلے گئے ہوں کوئی گل کوئی پوچھتا نہیں اصل سے رب کے پیاروں تو بغیر کوئی راہ میں نہیں دستا تھا گرو پنچم پاتشاہ بڑی سفت کرتے ہیں پاٹے ہر سنت تمہارے ان کا تن ہر ناما وڈے پاٹوں والے نے کہنا دینا کر نام تن ہے ستگر سکھ کو نام تن دے گر کا سکھ بڑھاگی کے نام تن کا خزانہ لے کے آنے گیا پھر مہاپرش نام تن کا خزانہ لے کے آنے وڈے پاگ سات جانا لے کے آتے ہیں بڑے پاک
ਪੂਰਨ ਪੁਰਖ ਦੇ ਸਤਿਗੁਰ ਦੇ ਜਿਹੜੇ ਬਚਨ ਹੁੰਦੇ ਤ੍ਰੈਕਾਲ ਸੱਚ ਹੁੰਦੇ ਆ ਜੇ ਇੱਥੇ ਨਾ ਮੂੰਹ ਕਾਲਾ ਕਰਕੇ ਆਉਂਦੇ ਤੇ ਦਰਗਾਹ ਚ ਹੋ ਜਾਣਾ ਸੀ ਆਖੋ ਸਤਨਾਮ ਉੱਥੇ ਹੋ ਜਾਣਾ ਸੀ ਅਰਦਾਸ ਕਰਿਆ ਕਰੀਏ ਚਮਕੌਰ ਦੀ ਗਲੀ ਛੱਡ ਜਾਓ ਆਖੋ ਸਤਨਾਮ ਬੇਨਤੀ ਕੀਤੀ ਪਾਤਸ਼ਾਹ ਆਪ ਜੀ ਦੇ ਘਰ ਗੁਰੂ ਘਰ ਦੇ ਕੀਰਤਨੀ ਆਏ ਨੇ ਸਰਾਫੇ ਗਏ ਗਲਤੀਆਂ ਹੋ ਜਾਂਦੀਆਂ ਨੇ ਹਮ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਜ਼ਹਿਰ ਪੀਂਦੇ ਹਾਂ ਪਾਤਸ਼ਾਹ ਕਹਿੰਦੇ ਨੇ ਇੱਕ ਜਗ੍ਹਾ ਥੋੜੀ ਜ਼ਹਿਰ ਪੀਂਦਾ ਅੱਖਾਂ ਨਾਲ ਇਹ ਪੀਂਦਾ ਜ਼ਹਿਰ ਕੰਨਾਂ ਨਾਲ ਇਹ ਪੀਂਦਾ ਜ਼ਬਾਨ ਨਾਲ ਇਹ ਪੀਂਦਾ ਇਹਦਾ ਤਾਂ ਰੋਮ ਰੋਮ ਜ਼ਹਿਰੀਲਾ ਹੋਇਆ ਪਿਆ ਅੱਖਾਂ ਬੜੀ ਗੰਦੀਆਂ ਨੇ ਕੰਨ ਬੜੇ ਗੰਦੇ ਨੇ ਜ਼ਬਾਨ ਬੜੀ ਗੰਦੀ ਹੈ ਹੋਣੀ ਕਿੱਦਾਂ ਸੀ ਠੀਕ ਕਿੱਦਾਂ ਹੋਣੀ ਸੀ ਪਵਿੱਤਰ ਕਿਵੇਂ ਹੋਣਾ ਸੀ ਅਰਦਾਸ ਪਿਆਰੇ ਜੀ ਗੁਣ ਗਾਉਂਦੇ ਆਪ ਜੀ ਦੇ ਪਿਆਰੇ ਜੀ ਗੁਣ ਗਾਉਂਦੇ ਬਾਕੀ ਕੰਮ ਵੀ ਤਾਂ ਸਾਰੇ ਕਰਕੇ ਦੇਖਦੇ ਹੋ ਦਿਲ ਪੜ੍ਹਨੇ ਨੂੰ ਹੋਇਆ ਪੜ੍ਹ ਗਿਆ ਵਿਆਹ ਕਰਾਉਣ ਨੂੰ ਮਨ ਹੋਇਆ ਵਿਆਹ ਕਰਾ ਲਿਆ ਬਾਹਰ ਆਉਣ ਨੂੰ ਮਨ ਹੋ ਗਿਆ ਬਾਹਰ ਆ ਗਿਆ ਬਾਕੀ ਕੰਮ ਵੀ ਤਾਂ ਸਾਰੇ ਕਰਦੇ ਹੋ ਨਾਮ ਜਪਣ ਲਈ ਕਹਿੰਦੇ ਠੇਕੇ ਤੇ ਇੱਕ ਭਾਈ ਨੂੰ ਲੈ ਲਓ ਸਹਿਜ ਪਾਠ ਕਰ ਪਾ ਲੋ ਆਖੋ ਸਤਨਾਮ ਦੇਖੋ ਹਰ ਕੱਲ ਯੁੱਗ ਦੇ ਸਿੱਖ ਦਾ ਕਹਿੰਦੇ ਸਹਿਜ ਪਾਠ ਕਰਨਾ ਤੇ ਕਿਸੇ ਨੂੰ ਫੜ ਲਓ ਦਸ ਵੀਹ ਪੰਜਾਹ ਸੌ ਦੋ ਸੌ ਦੇ ਕੇ ਪਾਠ ਕਰਾ ਲਓ ਇਹਨਾਂ ਤੁਸੀਂ ਕਦੇ ਦੇਖਿਆ ਨਹੀਂ ਵੱਡੇ ਵੱਡੇ ਘਰਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਰੱਖੇ ਹੋਏ ਨੇ ਤੇ ਇੱਕ ਸੱਜਣ ਨੂੰ ਰੱਖਿਆ ਹੋਇਆ ਭਾਈ ਸਾਹਿਬ ਨੂੰ
ਉਹ ਆਪ ਹੀ ਉਹ ਹੁਕਮਨਾਮਾ ਲਵੇ, ਆਪ ਹੀ ਉਹ ਪ੍ਰਕਾਸ਼ ਕਰੇ, ਆਪ ਹੀ ਉਹ ਸੁੱਖ ਆਸਨ ਕਰੇ। ਇਹਨਾਂ ਕੋਲ ਵੇਲ ਹੀ ਹੈ ਨਹੀਂ ਉਸ ਆਖਾ ਸੁਖਨਾਮਾ। ਵਾਹਿਗੁਰੂ ਇਹਨੇ ਠੇਕੇ ਤੇ ਸਭ ਕੁਝ ਜਾਣ ਦਿੱਤਾ, ਆਪ ਸਹਿਜ ਪਾਠ ਕਰਕੇ ਰੋਜ਼ ਦੇ ਦਸ ਅੰਗ ਵੀ ਕਰੋਗੇ ਨਾ ਸਹਿਜੀਆਂ ਤੋਂ ਇੱਕ ਸਹਿਜ ਪਾਠ ਹੋ ਜਾਏਗਾ। ਜਿਹਨੇ ਅਸੀਂ ਬੈਠੇ ਮੈਂ ਵੀ ਤੁਹਾਡੇ ਨਾਲ ਹੋਊਂਗਾ, ਦੇਖੋ ਰੱਬ ਸਾਡੇ 5% ਹੋਣਗੇ ਜਿਹਨਾਂ ਨੇ ਆਪ ਸਹਿਜ ਪਾਠ ਕੀਤਾ ਹੋਏਗਾ, ਨਹੀਂ ਤਾਂ ਕਹਿੰਦੇ ਜੋਤੀ ਸਾਹਿਬ ਕਰ ਲਈਦਾ ਜੀ ਆਖੋ ਸਤਨਾਮ। ਵਾਹਿਗੁਰੂ ਕਿੰਨੇ ਮਿੰਟ ਲੱਗਦੇ, ਜਿਹੜਾ ਤੇਜ ਕਰਦਾ ਉਹਨੂੰ 10 ਮਿੰਟ ਲੱਗਦੇ ਆ, ਜਿਹੜਾ ਦੂਸਰਾ 15 ਲੱਗ ਜਾਂਦੇ। ਤੁਸੀਂ ਦੱਸੋ ਵੀ ਜਿਹੜਾ 15 ਮਿੰਟ ਦਫ਼ਤਰ 'ਚ ਜਾਂਦਾ ਉਹਨੂੰ ਤਨਖਾਹ ਕਿੰਨੀ ਮਿਲਣੀ ਚਾਹੀਦੀ, ਦੱਸੋ ਵੀ ਮੈਨੂੰ। ਤੁਹਾਨੂੰ ਤਾਂ ਉਦਾਂ ਹੀ ਦਫ਼ਤਰ 'ਚੋਂ ਕੱਢ ਦੇਣਾ, ਤੁਹਾਨੂੰ ਤਾਂ ਉਦਾਂ ਹੀ ਦਫ਼ਤਰ 'ਚੋਂ ਉਹਨੇ ਕੱਢ ਦੇਣਾ, 15 ਮਿੰਟ ਲਈ ਆਉਂਦੇ, ਤੁਹਾਨੂੰ ਲੋੜ ਕੀ ਹੈ ਤੁਹਾਡੀ। ਗੁਰੂ ਦੇ ਕੋਲ ਜਾਣਾ ਹੋਵੇ ਤਾਂ 15 ਮਿੰਟ ਨਹੀਂ ਤੁਹਾਡੇ ਕੋਲ, ਤੇ ਜੇ ਓਵਰ ਟਾਈਮ ਕਰਨਾ ਹੋਵੇ ਤਾਂ 15 ਮਿੰਟ ਲਵਾ ਲਿਆ, ਕੋਈ ਕੰਮ ਨਹੀਂ ਥੱਕਦਾ। ਇਹ ਆਖੋ ਸਤਨਾਮ। ਵਾਹਿਗੁਰੂ ਨਹੀਂ ਕੀ ਕਹਿੰਦੇ ਪਾਤਸ਼ਾਹ, ਮਾਇਆ ਕਾਰਨ ਭਾਵੀ ਮੂਰਖ ਲੋਕ ਅਜਾਣਾ। ਪਾਤਸ਼ਾਹ ਸਾਨੂੰ ਮੂਰਖ ਕਹਿੰਦੇ, ਅਸੀਂ ਮੈਂ ਫਿਰ ਬੇਨਤੀ ਕਰਦਾ, ਮਾਇਆ ਬੁਰੀ ਨਹੀਂ, ਮਾਇਆ ਤਾਂ ਮੈਂ ਧੰਦਾ ਨਹੀਂ ਚੱਲਿਆ, ਖਿਆਲ ਰੱਖਣਾ। ਦੁਨਿਆਵੀ ਕਾਰਜ ਲਈ ਮਾਇਆ ਦੀ ਬਹੁਤ ਲੋੜ ਆ, ਪਰ ਜਿੱਥੇ ਜਾਣਾ ਉੱਥੇ ਸਿਮਰਨ ਦੀ ਬਹੁਤ ਲੋੜ ਆ। ਆਖੋ ਸਤਨਾਮ। ਵਾਹਿਗੁਰੂ ਸਾ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਲੱਤਾ ਜੀ ਕਹਿਣ ਲੱਗੇ, ਦਾਤਾ ਜੀ ਇਹਨਾਂ ਨੂੰ ਬਖਸ਼ ਦਿਓ, ਅਸੀਂ ਤਾਂ ਸਾਰੇ ਗੁਨਾਹਗਾਰ ਹਾਂ, ਸਤਿਗੁਰ ਕਹਿੰਦੇ ਜਿਸ ਜ਼ਬਾਨ ਨਾਲ ਗੁਰੂ ਨਾਨਕ ਦੀ ਨਿੰਦਿਆ ਕੀਤੀ ਆ, ਇਹਨਾਂ ਨੂੰ ਕਹੋ ਉਸ ਜ਼ਬਾਨ ਦੇ ਨਾਲ ਹੀ ਗੁਰੂ ਨਾਨਕ ਦੀ ਵਡਿਆਈ ਕਰਨ। ਆਖੋ ਸਤਨਾਮ। ਵਾਹਿਗੁਰੂ ਇਹ ਬਖਸ਼ੇ ਜਾਣਗੇ, ਇਹ ਬਖਸ਼ੇ ਜਾਣਗੇ ਜਿਸ ਜ਼ਬਾਨ ਦੇ ਨਾਲ ਬੰਦਾ ਚੰਗਾ ਬੋਲਿਆ, ਉਸ ਦੇ ਨਾਲ ਹੀ ਗੁਰੂ ਨਾਨਕ ਦੇ ਗੁਣ ਗਾ। ਕਿੰਨੇ ਕੁ ਗਾਉਣੇ ਨੇ ਇਹ ਪੁੱਛੀਏ ਸਤਿਗੁਰਾਂ ਤੋਂ। ਸਤਿਗੁਰ ਕਹਿੰਦੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਦਿਨ ਰਾਤ ਗੁਣ ਗਾ। ਮਨ ਨਹੀਂ ਕਰਦਾ ਅਰਦਾਸ ਕੀਤੀ, ਦਾਤਾ ਬਖਸ਼ਿਸ਼ ਦੇ ਘਰ ਚ ਆਓ, ਇਹਨਾਂ ਗੁਰੂ ਘਰ ਦੇ ਕੀਰਤਨੀਆਂ ਨੂੰ ਇਹਨਾਂ ਨੂੰ ਬਖਸ਼ ਕੇ ਦੁਬਾਰਾ ਡਿਊਟੀ ਦੇ ਦੇ, ਇਹਨਾਂ ਨੂੰ ਦੁਬਾਰਾ ਡਿਊਟੀ ਦੇ ਦੇ। ਬਸ ਫਿਰ ਕੀਰਤਨ ਜਦ ਸ਼ੁਰੂ ਕੀਤਾ, ਅਰਦਾਸ ਕੀਤੀ, ਤਾਂ ਸਮਾਂ 9:45 ਤੋਂ ਜ਼ਿਆਦਾ ਹੋ ਗਿਆ। ਹੱਥ ਜੋੜੇ ਹੋਏ ਨੇ, ਦਾਤਾ ਜੀ ਤੈਨੂੰ ਬਖਸ਼ਾ ਸਾਰਾ, ਕਹਿੰਦੇ ਬਖਸ਼ ਬਖਸ਼ਾ।
ਭਾਗਸ਼ਲੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਤਾਂ ਨਾਮ ਦੇ ਪੁਜਾਰੀ ਹੁੰਦੇ ਨੇ ਅਰਦਾਸ ਕਰੇ ਗੁਰੂ ਦਾਤਾ ਮੂਰਖਾਂ ਮੈਂ ਮੂਰਖ ਦੀ ਕਿਰਤ ਪਾਤਸ਼ਾਹ ਇਹ ਪਤਾ ਕੀ ਕਹਿੰਦਾ ਕਦੇ ਕਹਿੰਦਾ ਮੈਂ ਬ੍ਰਹਮ ਗਿਆਨੀ ਸਮਾਪਤੀ ਕਰੀਏ ਹੋਈ ਕਦੀ ਕਹਿੰਦਾ ਮੈਂ ਬ੍ਰਹਮ ਗਿਆਨੀ ਹਾਂ ਕਹਿੰਦਾ ਮੈਂ ਗਿਆਨੀ ਹਾਂ ਪੰਜ ਬਾਣੀਆਂ ਦਾ ਪਾਠ ਤਾਂ ਮੈਂ ਕਰਦਾ ਹੀ ਹਾਂ ਜੇ ਪੰਜ ਬਾਣੀਆਂ ਦਾ ਪਾਠ ਨਹੀਂ ਕਰਦਾ ਘੱਟੋ ਘੱਟ ਜਪਜੀ ਸਾਹਿਬ ਤਾਂ ਪੜ੍ਹ ਹੀ ਲੈਂਦਾ ਕਹਿੰਦਾ ਮੰਨ ਲਿਆ ਕਿ ਅਸੀਂ ਕੁਛ ਨਹੀਂ ਪੜ੍ਹਦੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਤਾਂ ਕਰ ਹੀ ਲੈਂਦਾ ਪਰ ਇੱਕ ਗੱਲ ਕਿਤੇ ਕਹਿ ਰਿਹਾ ਸਤਿਗੁਰ ਕਹਿੰਦੇ ਇੱਕ ਵਚਨ ਕਹਿ ਰਹੇ ਢਿੱਡੋ ਮੈਂ ਮੂਰਖ ਕੀ ਤੂੰ ਕਹਿੰਦੇ ਮੂਰਖ ਆਖੋ ਸਤਿਗੁਰੂ ਤੂੰ ਕਹਿੰਦੇ ਅੰਦਰੋਂ ਮੈਂ ਮੂਰਖਾਂ ਮੈਂ ਤੈਨੂੰ ਬਖਸ਼ ਦੇਣਾ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪ੍ਰਾਪਤੀ ਤਵਿਆ ਰੇ ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਸਿਫਰ ਗਰਵਾਸ ਨਾ ਭਰਿਆ ਰੇ ਕਹਿੰਦੇ ਪਾਤਸ਼ਾਹ ਆਓ ਆਖਰੀ ਪੰਕਤੀ ਪੜ੍ਹੀਏ ਤਿੰਨ ਚਾਰ ਮਿੰਟ ਨੌ ਵਜੇ ਚਲੇ ਗਏ ਪਾਤਸ਼ਾਹ ਕਹਿੰਦੇ ਜਿਸ ਦੀ ਬਾਂਹ ਫੜਨੀ ਉਹਨੂੰ ਛੱਡੀ ਇਹੀ ਤੇ ਸਤਿਗੁਰ ਦੀ ਸਿਫਤ ਹੈ ਬਾਹੇ ਲੱਖ ਦੁੱਖ ਆ ਜਾਂਦਾ ਆਪਣੇ ਤੇ ਸਾਰੇ ਕੁਝ ਪਾ ਲੈਂਦੇ ਸਵਾਲ ਤਾਂ ਪੁਰਾਣਾ ਵੀ ਹੈ ਪਰਉਪਕਾਰ ਵੀ ਹੈ ਸਿੱਖੀ ਪਰਉਪਕਾਰ ਤੇ ਖੜੀ ਕਰੋ ਜੇ ਪਰਉਪਕਾਰ ਨੇ ਜੀਵਨ ਫਿਰ ਕੁਛ ਨਹੀਂ ਫਿਰ ਐਵੇਂ ਪਖੰਡਾ ਗੁਰੂ ਕਿਰਪਾ ਕਰੇ ਆਓ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਫਿਰ ਖਿਮਾ ਮਾਵਾਂ ਰਾਮ Yeah.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਝੂਠਾ ਕਰ